2010 ਤੋਂ ਡਿਫਾਲਟਰਾਂ ਦੀ ਲਿਸਟ ਤੇ ਵਿੱਚ ਹੈ ਜ਼ੀਰਾ ਸ਼ਰਾਬ ਫੈਕਟਰੀ। ਜੇਕਰ ਸਰਕਾਰ ਨੂੰ ਲੋਕਾਂ ਤੇ ਭਰੋਸਾ ਨਹੀਂ, ਜੇਕਰ ਸਰਕਾਰ ਨੂੰ ਲੱਗਦਾ ਕਿ ਪਿੰਡਾਂ ਦੇ ਲੋਕ ਰਾਜਨੀਤੀ ਕਰ ਰਹੇ ਨੇ, ਤਾਂ ਭਾਈ ਜਿਹੜੀ ਆ ਰਿਪੋਰਟ ਹੈ, ਆ ਰਿਪੋਰਟ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਕਿ ਆਹ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਰਿਪੋਰਟ ਹੈ। 12-13 साल पहला 2010 अक्टूबर महीने च पेश की गई यह रिपोर्ट उस समय भी दम भरती थी कि भाई शराब की फैक्टरी डिफाल्टर है, शराब की फैक्टरी पानी सीधा मतलब के ट्रीटमेंट प्लांट की बजाय धरती च सड़ती है, शराब की फैक्टरी कारण इलाके च पशुआं नू जंतुआं नू फसलां नू खतरा खड़ा। ਕਹਿੰਦੇ ਜੀ ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦੀ ਪਾਲਣਾ ਨਹੀਂ ਕਰ ਰਹੀ। ਪੰਜਾਬੀ ਰੇਡੀਓ USA ਦੀ ਐਕਸਕਲੂਸਿਵ ਰਿਪੋਰਟ ਹੈ ਤੇ ਇਸ ਰਿਪੋਰਟ ਪਿੱਛੇ ਜਿਹੜੀ ਮਿਹਨਤ ਹੈ ਉਹ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਦੀ ਹੈ। ਅੱਜ ਜਿਹੜੀ ਅਹਿਮ ਖਬਰ ਨੂੰ ਲੈ ਕੇ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ, ਖਬਰ ਜੁੜਦੀ ਹੈ ਜ਼ੀਰਾ ਸ਼ਰਾਬ ਫੈਕਟਰੀ ਦੇ ਨਾਲ ਅਤੇ ਪੰਜਾਬੀ ਰੇਡੀਓ USA ਦੇ ਕੋਲ ਇਸ ਬਾਬਤ ਜਿਹੜੇ ਬੜੇ ਫੈਕਟ ਨੇ, ਬੜੇ ਰੈਫਰੈਂਸਿਸ ਨੇ ਅਤੇ ਅਹਿਮ ਦਸਤਾਵੇਜ਼ ਨੇ। ਪੰਜਾਬੀ ਰੇਡੀਓ USA ਦੀ ਐਕਸਕਲੂਸਿਵ ਰਿਪੋਰਟ ਹੈ ਅਤੇ ਇਸ ਰਿਪੋਰਟ ਪਿੱਛੇ ਜਿਹੜੀ ਮਿਹਨਤ ਹੈ ਉਹ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਦੀ ਹੈ। ਸੋ ਇਸੇ 'ਤੇ ਸ਼ੁਰੂਆਤ ਕਰਦੇ ਹਾਂ ਦੀਪਕ ਸ਼ਰਮਾ ਜੀ, ਜਿਹੜੀ ਜ਼ੀਰਾ ਸ਼ਰਾਬ ਫੈਕਟਰੀ ਹੈ ਇਹਦੇ ਬਾਬਤ ਬਹੁਤ ਕੁਛ ਨਿਕਲ ਕੇ ਬਾਹਰ ਆ ਰਿਹਾ, ਪਰ ਐਕਸਕਲੂਸਿਵ ਗੱਲ ਜਿਹੜੀ ਇਹ ਹੈ ਕਿ 2010 ਤੋਂ ਡਿਫਾਲਟਰਾਂ ਦੀ ਲਿਸਟ ਤੇ ਵਿੱਚ ਹੈ ਜ਼ੀਰਾ ਸ਼ਰਾਬ ਫੈਕਟਰੀ। ਬਿਲਕੁਲ ਪ੍ਰਵੀਨ ਜੀ, ਉੱਥੇ ਜਿਵੇਂ ਸਰਕਾਰ ਨੇ ਹੁਣ ਕਮੇਟੀਆਂ ਬਣਾਈਆਂ ਨੇ ਤੇ ਉਹ ਕਮੇਟੀਆਂ ਮਤਲਬ ਰਿਪੋਰਟ ਹਾਸਲ ਕਰਨ ਲਈ ਫਿਰ ਰਹੀਆਂ ਨੇ ਤੇ ਪਰ ਬੇਭਰੋਸਗੀ ਪ੍ਰਗਟਾ ਦਿੱਤੀ ਆ ਉਹਦੇ ਉੱਤੇ ਮੋਰਚੇ ਨੇ। ਮੋਰਚਾ ਕਹਿੰਦਾ ਸਾਨੂੰ ਕਮੇਟੀ ਦੀ ਕਾਰਵਾਈ ਵੀ ਸ਼ੱਕੀ ਲੱਗਦੀ ਹੈ, ਉਹਨਾਂ ਦੀ ਕਾਰਗੁਜ਼ਾਰੀ ਸਹੀ ਨਹੀਂ ਹੈ, ਅਸੀਂ ਉਹਨਾਂ ਤੇ ਭਰੋਸਾ ਨਹੀਂ ਕਰ ਸਕਦੇ। ਤੇ ਦੂਸਰੇ ਪਾਸੇ ਕਮੇਟੀ ਚੋਂ ਵੀ ਕੁਝ ਇੱਕ ਕਮੇਟੀ ਨੇ ਤਾਂ ਕਹਿਤਾ ਕਿ ਅਸੀਂ ਵਾਪਸ ਚੱਲੇ, ਸਾਨੂੰ ਲੋਕ ਸਹਿਯੋਗ ਨਹੀਂ ਕਰ ਰਹੇ। ਇੱਧਰ ਕੱਲ ਪਤਾ ਲੱਗਿਆ ਕਿ ਮਤਲਬ ਰਾਜਿਆਲ ਹੋਰੀ ਆਪਣਾ ਤੰਬੂ ਪੱਕਾ ਗੱਢ ਕੇ ਉੱਥੇ ਬੈਠ ਗਏ ਨਾਲ, ਉਹ ਕਹਿੰਦੇ ਅਸੀਂ ਮੋਰਚੇ ਦੇ ਨਾਲ ਹਾਂ ਜੀ ਕਿ ਇੱਥੇ ਹੀ ਹਾਂ, ਹੁਣ ਨਹੀਂ ਮਤਲਬ ਕਿ ਸਰਕਾਰ ਜਦੋਂ ਕਰਨਾ ਹੀ ਨਹੀਂ ਚਾਹੁੰਦੀ ਲੋਕਾਂ ਦੇ ਹਿੱਤ 'ਚ ਗੱਲ, ਸਰਕਾਰ ਲੋਕਾਂ ਦੇ ਪੱਧਰ ਤੇ ਆ ਕੇ ਗੱਲ ਹੀ ਨਹੀਂ ਕਰਨਾ ਚਾਹੁੰਦੀ, ਫਿਰ ਸਾਡਾ ਮੋਰਚਾ ਕਾਇਮ ਆ, ਕਹਿੰਦੇ ਅਸੀਂ ਇਹਨਾਂ ਦੇ ਨਾਲ। ਤੇ ਉੱਧਰ ਪਤਾ ਲੱਗਿਆ ਕੱਲ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਬਕਾਇਦਾ ਕਿ ਭਾਈ ਤੇਰੀਆਂ ਕਮੇਟੀਆਂ ਸਹੀ ਨਹੀਂ ਗਈਆਂ, ਸ਼ੱਕੀ ਕਾਰਵਾਈ ਕਰ ਰਹੀਆਂ, ਇਹ ਉਦਯੋਗਪਤੀ ਦੇ ਹੱਕ 'ਚ ਭੁਗਤ ਰਹੀਆਂ। ਪਰ ਆਪਾਂ ਜਿਸ ਹਵਾਲੇ ਨਾਲ ਅੱਜ ਗੱਲ ਕਰਨੀ ਆ ਪ੍ਰਵੀਨ ਜੀ, ਉਹ ਹੈ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਪੰਜਾਬ ਦੀਆਂ ਸ਼ੂਗਰ ਮਿੱਲਾਂ ਤੇ ਸ਼ਰਾਬ ਫੈਕਟਰੀਆਂ ਬਾਰੇ ਇੱਕ ਰਿਪੋਰਟ। ਠੀਕ ਹੈ, ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਸਿਆਸਤਦਾਨੇ ਨੇ ਜੀ, ਵੱਖੋ ਵੱਖ ਪਾਰਟੀਆਂ ਦੇ ਸਿਆਸਤਦਾਨੇ ਦੇ ਮੈਂਬਰ ਨੇ ਤੇ ਉਹ ਮੈਂਬਰ ਵੱਖੋ ਵੱਖ ਪੰਜਾਬ ਦੀਆਂ ਸ਼ਰਾਬ ਫੈਕਟਰੀਆਂ ਤੇ ਜਿਹੜੀਆਂ ਸਾਡੀਆਂ ਖੰਡ ਮਿੱਲਾਂ ਨੇ ਉਹਨਾਂ ਦਾ ਦੌਰਾ ਕਰਦੇ ਨੇ, ਲੋਕਾਂ ਨੂੰ ਮਿਲਦੇ ਨੇ ਤੇ ਉਹਦੇ ਆਧਾਰ ਤੇ ਰਿਪੋਰਟ ਤਿਆਰ ਕਰਦੇ ਨੇ। ਜਦੋਂ ਕਿ ਆਪਾਂ ਨੂੰ ਪਤਾ ਕਿ ਆਹ ਮਤਲਬ ਕਿ ਜਿਹੜੀਆਂ ਵਾਤਾਵਰਨ ਨੂੰ ਖਰਾਬ ਕਰਨ ਵਾਲਾ ਉਦਯੋਗ ਹੈ, ਇਹਦਾ ਬੀਜ ਵੀ ਸਿਆਸਤਦਾਨਾਂ ਨੇ ਬੀਜਿਆ। ਸਾਨੂੰ ਪਤਾ ਹੈ ਕਿ ਵੱਖੋ ਵੱਖ ਧਿਰਾਂ ਦੇ ਸਿਆਸਤਦਾਨ ਇਹਨਾਂ ਨਾਲ ਕਿਵੇਂ ਯਾਰੀਆਂ ਪਕਾਉਂਦੇ ਨੇ, ਕਿਵੇਂ ਹਿੱਸਾ ਪੱਤੀਆਂ ਚੱਲਦੀਆਂ ਨੇ, ਸਾਰਾ ਕੁਛ ਆਪਣੇ ਮੂਹਰੇ ਸਾਫ਼ ਹੈ। ਪਰ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਵੀ ਨਹੀਂ ਹੁੰਦਾ। ਸੋ ਇਸ ਲਈ ਜੇਕਰ ਸਰਕਾਰ ਨੂੰ ਲੋਕਾਂ ਤੇ ਭਰੋਸਾ ਨਹੀਂ, ਜੇਕਰ ਸਰਕਾਰ ਨੂੰ ਲੱਗਦਾ ਕਿ ਪਿੰਡਾਂ ਦੇ ਲੋਕ ਰਾਜਨੀਤੀ ਕਰ ਰਹੇ ਨੇ, ਤਾਂ ਭਾਈ ਜਿਹੜੀ ਆ ਰਿਪੋਰਟ ਹੈ, ਆਹ ਰਿਪੋਰਟ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਕਿ ਆਹ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਰਿਪੋਰਟ ਹੈ ਜਿਹੜੀ ਅੱਜ ਤੋਂ ਮਤਲਬ ਕਿ ਕਿੰਨੇ ਸਾਲ ਪਹਿਲਾਂ 2010 ਦੇ ਵਿੱਚ, ਕਰੀਬ 12 ਸਾਲ ਪਹਿਲਾਂ ਜੀ ਜੀ, 23 ਚੜ ਗਿਆ ਹੁਣ ਤਾਂ 13 ਸਾਲ ਵੀ ਤੁਸੀਂ ਕਹਿ ਲਓ, 13 ਸਾਲ ਦਾ ਵਕਫਾ ਲੰਘ ਗਿਆ। ਸੋ ਇਸ ਲਈ 12-13 ਸਾਲ ਪਹਿਲਾਂ 2010 ਅਕਤੂਬਰ ਮਹੀਨੇ 'ਚ ਪੇਸ਼ ਕੀਤੀ ਗਈ ਇਹ ਰਿਪੋਰਟ ਉਸ ਸਮੇਂ ਵੀ ਦਮ ਭਰਦੀ ਸੀ ਕਿ ਭਾਈ ਸ਼ਰਾਬ ਦੀ ਫੈਕਟਰੀ ਡਿਫਾਲਟਰ ਹੈ, ਸ਼ਰਾਬ ਦੀ ਫੈਕਟਰੀ ਪਾਣੀ ਸਿੱਧਾ ਮਤਲਬ ਕਿ ਟ੍ਰੀਟਮੈਂਟ ਪਲਾਂਟ ਦੀ ਬਜਾਏ ਧਰਤੀ 'ਚ ਸੜਦੀ ਆ, ਸ਼ਰਾਬ ਦੀ ਫੈਕਟਰੀ ਕਾਰਨ ਇਲਾਕੇ 'ਚ ਪਸ਼ੂਆਂ ਨੂੰ ਜੰਤੂਆਂ ਨੂੰ ਫਸਲਾਂ ਨੂੰ ਖਤਰਾ ਖੜਾ। ਸੋ ਇਹ ਰਿਪੋਰਟ ਕਹਿੰਦੀ ਹੈ। ਮੈਂ ਜੇਕਰ ਇਸ ਰਿਪੋਰਟ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਮੈਂ ਬੇਨਤੀ ਕਰੂੰ ਦਰਸ਼ਕਾਂ ਨੂੰ ਜਰਾ ਗੌਰ ਨਾਲ ਸੁਣਿਓ, ਚਾਹੇ ਦੋ ਵਾਰ ਸੁਣਨਾ ਪੈ ਜਾਵੇ ਦੁਬਾਰਾ ਪਿੱਛੇ ਕਰਕੇ ਚਾਹੇ ਸੁਣ ਲਿਓ। ਠੀਕ ਹੈ, ਮਿਤੀ 1-10-2010 ਨੂੰ, ਮਿਤੀ 1 ਅਕਤੂਬਰ 2010 ਨੂੰ ਸਦਨ ਵਿੱਚ ਪੇਸ਼ ਕੀਤੀ ਗਈ ਪੰਜਾਬ ਵਿਧਾਨ ਸਭਾ ਰਾਜ ਵਿੱਚ ਖੰਡ ਮਿੱਲਾਂ ਤੇ ਡਿਸਟਿਲਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਗਠਿਤ ਸਦਨ ਦੀ ਕਮੇਟੀ ਦੀ ਰਿਪੋਰਟ ਜੀ, 13ਵੀਂ ਪੰਜਾਬ ਵਿਧਾਨ ਸਭਾ 2010-11। ਲਓ ਜੀ, ਇਹਦੇ ਵਿੱਚ ਆਹ ਕਮੇਟੀ ਦੀ ਬਣਤਰ,
ਜੀ ਸਦਨ ਦੁਆਰਾ 21/12/2007 ਨੂੰ ਦਿੱਤੇ ਗਏ ਅਧਿਕਾਰਾਂ ਅਨੁਸਾਰ ਮਾਣਯੋਗ ਸਪੀਕਰ ਸਾਹਿਬ ਦੁਆਰਾ ਪੱਤਰ ਨੰਬਰ BLA 2008/4090 ਮਿਤੀ 27/2/2008 ਰਾਹੀਂ ਰਾਜ ਵਿੱਚ ਖੰਡ ਮਿਲਾਂ ਤੇ ਰਿਸ਼ਵਿਆਂ ਦੀ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ ਹੇਠ ਅਨੁਸਾਰ ਸਦਨ ਦੀ ਕਮੇਟੀ ਬਣਾਈ ਗਈ। 11 ਮੈਂਬਰੀ ਕਮੇਟੀ ਦਾ ਗਠਨ ਹੁੰਦਾ ਹੈ। 2007 ਦੇ ਵਿੱਚ ਇੱਕ ਮਾਮਲਾ ਇੱਕ MLA ਵੱਲੋਂ ਧਿਆਨ 'ਚ ਲਿਆਂਦਾ ਜਾਂਦਾ ਹੈ। ਉਸ ਮਸਲੇ ਨੂੰ ਆਧਾਰ ਬਣਾ ਕੇ ਪੂਰੇ ਪੰਜਾਬ ਦੀਆਂ ਖੰਡ ਮਿੱਲਾਂ ਤੇ ਸ਼ਰਾਬ ਫੈਕਟਰੀਆਂ ਦੀ ਜਾਂਚ ਦੇ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ 11 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ। ਪ੍ਰਵੀਨ ਜੀ, 11 ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਮੁਖੀ ਬਣਾਏ ਜਾਂਦੇ ਨੇ ਇਸ ਕਮੇਟੀ ਦੇ, ਸਰਦਾਰ ਜਗਦੀਪ ਸਿੰਘ ਨਕਈ, ਠੀਕ ਹੈ, ਸਰਦਾਰ ਅਮਰਜੀਤ ਸਿੰਘ ਸ਼ਾਹੀ ਮੈਂਬਰ ਜੀ, ਅਨਿਲ ਜੋਸ਼ੀ ਮੈਂਬਰ, ਅਵਤਾਰ ਸਿੰਘ ਬਰਾੜ ਮੈਂਬਰ ਜੀ, ਕੈਪਟਨ ਬਲਵੀਰ ਸਿੰਘ ਬਾਠ ਮੈਂਬਰ, ਡਾਕਟਰ ਦਲਵੀਰ ਸਿੰਘ ਬੇਰਕਾ ਮੈਂਬਰ, ਹਰਮੀਤ ਸਿੰਘ ਸੰਧੂ ਮੈਂਬਰ, ਕੇਵਲ ਸਿੰਘ ਢਿੱਲੋਂ ਜਿਨ੍ਹਾਂ ਦਾ ਆਪਣਾ ਵੀ ਇਸ ਕਾਰੋਬਾਰ ਨਾਲ ਖਾਸਾ ਨੇੜਤਾ ਸੰਬੰਧ ਹੈ, ਉਹ ਵੀ ਮੈਂਬਰ ਨੇ, ਕੇਵਲ ਸਿੰਘ ਢਿੱਲੋਂ ਮੈਂਬਰ। ਮਤਲਬ ਇਹ ਧਿਰਾਂ ਕਿੰਨੀਆਂ ਇਹਨਾਂ 'ਚ ਬਚਾਉਣ ਵਾਲੀਆਂ ਵੀ ਹੋਣੀਆਂ ਨੇ ਫੈਕਟਰੀਆਂ ਨੂੰ, ਤੇ ਉਹਦੇ ਬਾਵਜੂਦ ਵੀ ਰਿਪੋਰਟ ਮਤਲਬ ਕਿੰਨਾ ਕੁ ਸੱਚ ਬੋਲ ਗਈ ਜੀ। ਕੇਵਲ ਸਿੰਘ ਢਿੱਲੋਂ ਮੈਂਬਰ, ਕੁਲਦੀਪ ਸਿੰਘ ਭੱਠਲ ਮੈਂਬਰ, ਪ੍ਰਤਾਪ ਸਿੰਘ ਬਾਜਵਾ ਮੈਂਬਰ, ਵਿਰਸਾ ਸਿੰਘ ਬਲਟੋਹਾ ਮੈਂਬਰ, ਤੇ ਇਹ 11 ਮੈਂਬਰੀ ਕਮੇਟੀ ਗਠਿਤ ਕੀਤੀ ਜਾਂਦੀ ਹੈ। ਤੇ ਇਹ ਕਮੇਟੀ ਜੀ ਦੀ ਭੂਮਿਕਾ ਤੇ ਕਾਰਜ ਵਿਧੀ, ਇਸ ਕਮੇਟੀ ਦੀ ਜਿਹੜੀ ਭੂਮਿਕਾ ਹੈ ਮੈਂ ਉਹਦੇ ਇੱਕ ਪੈਰਾ ਪੜ੍ਹਦਾ। ਮਿਤੀ 20/12/2007 ਨੂੰ ਸਰਦਾਰ ਹਰਮੀਤ ਸਿੰਘ ਸੰਧੂ MLA ਵੱਲੋਂ ਦਿੱਤੇ ਗਏ ਧਿਆਨ ਦਬਾਊ ਮਤੇ ਨੰਬਰ 4, ਜਿਹੜਾ ਕਿ ਪਿੰਡ ਲੋਕਾ ਜ਼ਿਲ੍ਹਾ ਤਰਨ ਤਾਰਨ ਵਿੱਚ ਸ਼ਰਾਬ ਦੀ ਫੈਕਟਰੀ ਤੋਂ ਨਿਕਲਦੀਆਂ ਜ਼ਹਿਰੀਲੀ ਗੈਸਾਂ ਦੇ ਸੰਬੰਧ ਵਿੱਚ ਸੀ। ਮਾਣਯੋਗ ਸਪੀਕਰ ਨੇ ਸਦਨ ਦੀ ਸਹਿਮਤੀ ਨਾਲ ਸਾਰੇ ਪੰਜਾਬ ਵਿੱਚ ਖੰਡ ਮਿੱਲਾਂ ਤੇ ਸ਼ਰਾਬ ਫੈਕਟਰੀਆਂ ਦੁਆਰਾ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਜਾਂਚ ਕਰਨ ਲਈ 27/2/2008 ਨੂੰ ਇਸ ਕਮੇਟੀ ਨੂੰ ਨਾਮਜ਼ਦ ਕੀਤਾ। 2007 ਦੇ 12ਵੇਂ ਮਹੀਨੇ ਦੇ ਵਿੱਚ MLA ਹਰਮੀਤ ਸੰਧੂ ਵੱਲੋਂ ਤਰਨ ਤਾਰਨ ਦੇ ਜਿਹੜੀ ਲੋਕਾ ਪਿੰਡ ਦੇ ਵਿੱਚ ਸ਼ਰਾਬ ਦੀ ਫੈਕਟਰੀ ਆ, ਉਹਦੇ ਪ੍ਰਦੂਸ਼ਣ ਦੇ ਹਵਾਲੇ ਨਾਲ ਇੱਕ ਮੁੱਦਾ ਲਿਆਂਦਾ ਗਿਆ ਕਿ ਜ਼ਹਿਰੀਲੀਆਂ ਗੈਸਾਂ ਫੈਲਦੀਆਂ ਜੀ, ਉਹਦੇ ਨਾਲ ਬਿਮਾਰੀਆਂ ਫੈਲਦੀਆਂ। ਇਹਨੂੰ ਆਧਾਰ ਬਣਾ ਕੇ ਕਮੇਟੀ ਬਣੀ ਕਿ ਭਾਈ ਪੂਰੇ ਪੰਜਾਬ ਦੀਆਂ ਖੰਡ ਮਿੱਲਾਂ ਤੇ ਸ਼ਰਾਬ ਫੈਕਟਰੀਆਂ ਦੀ ਕਰੋ ਜਾਂਚ, ਕਰੋ ਪੜਤਾਲ, ਲੋਕਾਂ ਦੀ ਗੱਲ ਵੀ ਸੁਣੋ, ਫੈਕਟਰੀਆਂ ਦੀ ਵੀ ਸੁਣੋ, ਉੱਥੇ ਕੰਮ ਕਰਦੇ ਲੋਕਾਂ ਦੀ ਵੀ ਸੁਣੋ, ਮੌਕੇ ਦੀ ਜਾਂਚ ਪੜਤਾਲ ਵੀ ਕਰੋ ਤੇ ਫਿਰ ਰਿਪੋਰਟ ਦਿਓ। 2008 'ਚ ਕਮੇਟੀ ਬਣਦੀ ਹੈ ਫਰਵਰੀ 2008 ਦੀ 27 ਫਰਵਰੀ ਨੂੰ, ਤੇ ਇਹ ਕਮੇਟੀ 35 ਬੈਠਕਾਂ ਕਰਦੀ ਹੈ ਜੀ। 35 ਬੈਠਕਾਂ ਤੋਂ ਬਾਅਦ ਇਹ ਕਮੇਟੀ 21/9/2010 ਨੂੰ ਆਪਣੀ ਆਖਰੀ ਬੈਠਕ ਦੇ ਵਿੱਚ ਇਹ ਸਾਰੀ ਰਿਪੋਰਟ ਨੂੰ ਅੰਤਿਮ ਰੂਪ ਦਿੰਦੀ ਹੈ, ਠੀਕ ਹੈ, ਤੇ ਫਿਰ ਇਹ ਰਿਪੋਰਟ ਸਦਨ 'ਚ ਪੇਸ਼ ਕਰ ਦਿੱਤੀ ਜਾਂਦੀ। ਜਗਦੀਪ ਸਿੰਘ ਨਕਈ 29/9/2010 ਨੂੰ ਇਹ ਰਿਪੋਰਟ ਜਮ੍ਹਾਂ ਕਰਾਉਂਦੇ ਨੇ ਜੀ ਜੀ, ਤੇ ਇਹ ਫਿਰ 1/10/2010 ਨੂੰ ਸਦਨ 'ਚ ਪੇਸ਼ ਕਰ ਦਿੱਤੀ ਜਾਂਦੀ ਹੈ, ਠੀਕ ਹੈ। ਮਾਣਯੋਗ ਸਪੀਕਰ ਨੇ ਮਿਤੀ 7/2008 ਨੂੰ ਰਿਪੋਰਟ ਕੀ ਕਹਿੰਦੀ ਹੈ ਜਾਂ ਰਿਪੋਰਟ, ਇਹਦਾ ਰਿਪੋਰਟ ਦਾ ਇੱਕ ਹਿੱਸਾ ਹੈ। 11 ਮੈਂਬਰੀ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਸੀ ਜਿਹਦੇ ਵਿੱਚ ਇਹ ਮੈਂਬਰ ਨੇ, ਤੇ ਇਸ ਕਮੇਟੀ ਨੇ ਸਾਰਾ ਕੁਛ ਮਤਲਬ ਕਿ ਸਾਰੀਆਂ ਸ਼ਰਾਬ ਮਿੱਲਾਂ, ਸ਼ਰਾਬ ਸਾਰੀਆਂ ਫੈਕਟਰੀਆਂ ਉਹਨਾਂ ਦਾ ਦੌਰਾ ਕੀਤਾ, ਤੇ ਇਹ ਰਿਪੋਰਟ ਕਹਿੰਦੇ ਜੀ ਕਿ ਕਮੇਟੀ, ਮਾਣਯੋਗ ਸਪੀਕਰ ਨੇ ਜਿਹੜੀ ਨਾਮਜ਼ਦ ਕਮੇਟੀ ਬਣਾਈ ਉਹਦੇ ਵਿੱਚ ਆਹ ਮੈਂਬਰ ਸੀਗੇ, ਤੇ ਇਸ ਕਮੇਟੀ ਨੇ ਸਮੇਂ ਸਮੇਂ ਸਿਫਾਰਿਸ਼ਾਂ ਕਰਕੇ ਰਿਪੋਰਟ ਪੇਸ਼ ਕਰਕੇ 10ਵੇਂ ਸਮਾਗਮ ਤੱਕ ਵਧਵਾ ਦਿੱਤਾ। ਤੇ ਫਿਰ ਜੀ ਆ ਲਓ ਇਹਦੇ ਵਿੱਚ 7 ਨੰਬਰ ਪੰਨਾ, ਆ ਜੀ ਆ ਰਿਪੋਰਟ ਦਾ ਇੱਕ ਹਿੱਸਾ ਜੀ ਜੀ, ਦੇਖੋ ਇਹ ਕਹਿੰਦੇ ਜੀ, ਮੈਸ ਮਾਲਬਰੋਜ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਡ ਮਨਸੂਰ ਕਲਾਂ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ, ਠੀਕ ਹੈ, ਸ਼ਰਾਬ ਫੈਕਟਰੀ ਦੇ ਹਵਾਲੇ ਨਾਲ। ਹੁਣ ਕਹਿੰਦੇ ਕੀ ਹੈ ਜੀ ਇਹਦੇ ਵਿੱਚ, ਕਹਿੰਦੇ ਜੀ ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦੀ ਪਾਲਣਾ ਨਹੀਂ ਕਰ ਰਹੀ। ਜਿਹੜੀ ਇਹ ਸ਼ਰਾਬ ਫੈਕਟਰੀ ਹੈ, ਜੀਰਾ ਸ਼ਰਾਬ ਫੈਕਟਰੀ, ਉਹਦੇ ਲਈ ਇਹ ਕਮੇਟੀ ਲਿਖਦੀ ਆ, ਇਕਾਈ ਪਾਣੀ ਦੇ ਐਕਟ 1974 ਦੀਆਂ ਧਾਰਾਵਾਂ ਦਾ ਪਾਲਣ ਨਹੀਂ ਕਰ ਰਹੀ ਅਤੇ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਚੱਲ ਰਹੀ ਹੈ। ਕਿੰਨੀਆਂ ਮਨਜ਼ੂਰੀਆਂ ਨਹੀਂ ਲਈਆਂ ਵੀ ਆ, ਕਹਿੰਦੇ ਇਹ 2010 ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਹਾਂ ਜੀ 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 ਬਿਲਕੁਲ। ਅੱਗੇ ਲਿਖਿਆ ਇਕਾਈ ਮਨਜ਼ੂਰੀਆਂ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੀ, ਠੀਕ ਹੈ, ਜਿਹੜੀਆਂ ਮਨਜ਼ੂਰੀਆਂ ਲਈਆਂ ਉਹਦੀਆਂ ਵੀ ਸ਼ਰਤਾਂ ਦੀ ਪਾਲਣਾ ਨਹੀਂ ਕਰਦੀ। ਹੋਰ ਪਹਿਲੂ ਲਓ ਜੀ, ਇਹ ਜੀਰਾ ਸ਼ਰਾਬ ਫੈਕਟਰੀ ਦੀ ਇਕਾਈ ਮਿਤੀ 29/1/2008 ਨੂੰ ਬੋਰਡ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ, ਜਿਹੜੀ ਕਮੇਟੀ ਬਣਾਈ ਗਈ ਉਹਨੇ 29/1/2008 ਨੂੰ ਚੈਕਿੰਗ ਕੀਤੀ ਅਤੇ ਦੇਖਿਆ ਗਿਆ ਕਿ ਇਸ ਵੱਲੋਂ ਪਾਣੀ ਸੋਧਕ ਯੰਤਰ ਦੇ ਕੁੱਝ ਹਿੱਸੇ ਹੀ ਬਣਾਏ ਗਏ ਹਨ।
ਪਾਣੀ ਨੂੰ ਸ਼ੁੱਧ ਕਰਨ ਲਈ ਜਿਹੜਾ ਟ੍ਰੀਟਮੈਂਟ ਸਿਸਟਮ ਹੈ ਉਹਦੇ ਕੁਝ ਕੁ ਯੰਤਰੇ ਬਣਾਏ ਨੇ, ਪੂਰਾ ਉਹਨੂੰ ਚਲਾਇਆ ਨੀ, ਡਰਾਮਾ ਬਣਾ ਕੇ ਰੱਖਿਆ ਹੋਇਆ, ਮਤਲਬ ਇੱਕ ਜਿਵੇਂ ਸਕੂਲਾਂ ਚ ਮਾਡਲ ਹੀ ਬਣਾ ਲੈਂਦੇ ਨਿਆਣੇ, ਹਾਂਜੀ ਹਾਂਜੀ ਕਿ ਹਾਂ ਮਾਡਲ ਹੈਗਾ ਜੀ ਸਾਡੇ ਕੋਲ, ਹੈ ਨਾ। ਯੰਤਰ ਦੇ ਕੁਝ ਹਿੱਸੇ ਹੀ ਬਣਾਏ ਗਏ ਹਨ ਅਤੇ ਇਸ ਵੱਲੋਂ ਦਿੱਤੀ ਗਈ ਦੁਬਾਰਾ ਪ੍ਰਪੋਜ਼ਲ ਮੁਤਾਬਕ ਇਹ ਪੂਰਾ ਨਹੀਂ ਹੈ ਜੀ ਜੀ ਜੀ। ਇਸ ਲਈ ਚੇਅਰਮੈਨ ਵੱਲੋਂ ਮਨਜ਼ੂਰੀ ਮਨਾ ਕਰਨ ਲਈ 8/5/2008 ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ, ਪਰ ਇਕਾਈ ਵੱਲੋਂ ਕੋਈ ਨਹੀਂ ਆਇਆ। ਦੁਬਾਰਾ ਨਿੱਜੀ ਸੁਣਵਾਈ ਦੇਣ ਲਈ ਫਾਈਲ ਭੇਜੀ ਗਈ ਜੋ ਕਿ ਜਲਦੀ ਹੀ ਦਿੱਤੀ ਜਾ ਰਹੀ ਹੈ। ਇਕਾਈ ਦੀ ਮਿਤੀ 29/1/8 ਨੂੰ ਬੋਰਡ ਦੇ ਅਧਿਕਾਰੀਆਂ ਵੱਲੋਂ ਵਿਜਿਟ ਕੀਤੀ ਗਈ ਅਤੇ ਦੇਖਿਆ ਗਿਆ ਕਿ ਇਕਾਈ ਮਨਜ਼ੂਰੀ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਹੀ ਜੀ। ਇਸ ਲਈ ਚੇਅਰਮੈਨ ਵੱਲੋਂ ਮਨਜ਼ੂਰੀ ਮਨਾ ਕਰਨ ਲਈ 8/5/2008 ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ, ਪਰ ਇਕਾਈ ਵੱਲੋਂ ਕੋਈ ਨਹੀਂ ਆਇਆ ਜੀ। ਦੁਬਾਰਾ ਨਿੱਜੀ ਸੁਣਵਾਈ ਦੇਣ ਲਈ ਫਾਈਲ ਭੇਜੀ ਗਈ ਜੋ ਕਿ ਜਲਦੀ ਹੀ ਦਿੱਤੀ ਜਾ ਰਹੀ ਹੈ। ਠੀਕ ਹੈ, ਇਹ ਤੇ ਬਾਅਦ ਆ ਜਾਓ ਜੀ ਹੁਣ ਰਿਪੋਰਟ ਤੇ ਜੀ। 27 ਨੰਬਰ ਪੰਨੇ ਤੇ ਇਸ ਕੱਲੀ ਫੈਕਟਰੀ, ਹੁਣ ਮਤਲਬ ਅਲੱਗ ਅਲੱਗ ਨੇ ਸਾਰੀਆਂ ਦੀਆਂ, ਹਾਂਜੀ ਹਾਂਜੀ, ਦਾ ਕੀ ਹੈ, ਕਿੱਥੇ ਵਾਲੀ ਦਾ ਕੀ ਹੈ, ਅੰਮ੍ਰਿਤਸਰ ਵਾਲੀ ਦਾ ਕੀ ਹੈ, ਤਰਨ ਤਾਰਨ ਵਾਲੀ ਦਾ ਕੀ ਹੈ, ਪਟਿਆਲੇ ਦਾ ਕੀ ਹੈ, ਸੋ ਆਪਾਂ ਜੀਰੇ ਵਾਲੀ ਦਾ ਹੀ ਪੜ੍ਹਦੇ ਹਾਂ ਜੀ। ਆਪਾਂ ਮੈਲਬਰਸ ਦਾ ਹੀ ਪੜ੍ਹਦੇ ਹਾਂ, ਹਾਂ ਆਪਾਂ ਜੀਰੇ ਦੇ ਹਵਾਲੇ ਨਾਲ। ਹਾਂਜੀ, 10 ਨੰਬਰ ਤੇ ਪੰਨਾ ਨੰਬਰ 27 ਦੇ ਉੱਤੇ 10ਵਾਂ ਪੁਆਇੰਟ ਹੈ ਜੀ ਇਹਦਾ ਰਿਪੋਰਟ ਦਾ। ਉਹਦੇ ਵਿੱਚ ਇਹ ਕਹਿੰਦੇ ਮੈਸ ਮਾਲਬੋਰ ਦੇ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮਨਸੂਰ ਕਲਾਂ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ, ਕਮੇਟੀ ਨੇ ਜਿਹੜੀ ਇਹ ਕਮੇਟੀ ਬਣਾਈ 11 ਮੈਂਬਰੀ, ਕਮੇਟੀ ਨੇ ਮਿਤੀ 3 ਫਰਵਰੀ 2010 ਨੂੰ ਮੈਸ ਮਾਲਬੋਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਮਨਸੂਰ ਕਲਾਂ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਦਾ ਮੌਕੇ ਦਾ ਅਧਿਐਨ ਕੀਤਾ, ਮੌਕਾ ਜਾ ਕੇ ਦੇਖਿਆ। ਠੀਕ ਹੈ, ਕਮੇਟੀ ਨੂੰ ਸ਼੍ਰੀ ਅਰਵਿੰਦ ਤੋਮਰ DGM ਨੇ ਦੱਸਿਆ ਕਿ ਡਿਸਲਰੀ ਗ੍ਰੇਨ ਬੇਸਡ ਹੈ ਤੇ ਇਸ ਦੀਆਂ 50 ਕਿਲੋਲੀਟਰ ਪ੍ਰਤੀ ਦਿਨ ਦੀ ਕਪੈਸਿਟੀ ਹੈ ਤੇ ਉਹਨੇ ਕਿਹਾ ਕਿ ਕਮੇਟੀ ਕੋਈ ਅਣਗਹਿਲੀ ਨਹੀਂ ਕਰਦੀ ਜੀ ਜੀ। ਹੁਣ ਇਹ ਉਹਨੇ ਉਹਨਾਂ ਦੀ ਅਧਿਕਾਰੀ ਨੇ ਕਿਹਾ, ਹਾਂਜੀ, ਪਰ ਮਤਲਬ ਕਿ ਸਾਡੀ ਜਿਹੜੀ ਫੈਕਟਰੀ ਹੈ ਕਹਿੰਦੇ ਕਿ ਇਕਾਈ ਕੋਈ ਉਹ ਨਹੀਂ ਕਰਦੀ, ਹੈ ਨਾ। ਪਰ ਹੁਣ ਕਮੇਟੀ ਨੇ ਕੀ ਦੇਖਿਆ, ਹਾਂਜੀ, ਕਮੇਟੀ ਨੇ ਜਿਹੜੀ 11 ਮੈਂਬਰੀ ਕਮੇਟੀ ਗਈ ਪੰਜਾਬ ਵਿਧਾਨ ਸਭਾ ਦੀ, ਹਾਂਜੀ, ਕਮੇਟੀ ਨੇ ਦੇਖਿਆ ਕਿ ਡਿਸਲਰੀ ਵਿੱਚ ਲੱਗਿਆ ਹੋਇਆ RO ਸਿਸਟਮ ਦਾ ਖਰਾਬ ਪਾਣੀ, ਠੀਕ ਹੈ, ਫਾਈਨਲ ਟ੍ਰੀਟਡ ਪਾਣੀ ਵਿੱਚ ਨਹੀਂ ਪਾਇਆ ਜਾ ਰਿਹਾ ਸੀ। ਮਤਲਬ ਟ੍ਰੀਟ ਕਰਨ ਵਾਲਾ ਸਿਸਟਮ ਦੇ ਵਿੱਚ ਪਾਣੀ ਟ੍ਰੀਟ ਨਹੀਂ ਕੀਤਾ ਜਾ ਰਿਹਾ ਜੀ ਜੀ। ਇਸ ਲਈ ਕਮੇਟੀ ਨੇ ਹਦਾਇਤ ਕੀਤੀ ਕਿ ਪਾਣੀ ਫਾਈਨਲ ਟ੍ਰੀਟਡ ਪਾਣੀ ਵਿੱਚ ਹੀ ਪਾਇਆ ਜਾਵੇ। ਉੱਥੇ ਲੱਗੀਆਂ ਹੋਈਆਂ ਫਲੈਕਸੀਬਲ ਪਾਈਪਾਂ ਦੀ ਜਗ੍ਹਾ ਦੂਸਰੀਆਂ ਪਾਈਪਾਂ ਪਾਈਆਂ ਜਾਣ, ਪਾਈਪਾਂ ਫਲੈਕਸੀਬਲ ਨੇ ਮਤਲਬ ਜਿਹੜੀਆਂ ਕਦੇ ਖੋਲ ਲਓ ਕਦੇ ਲਾ ਲਓ ਜੀ, ਪਰਮਾਨੈਂਟ ਸਿਸਟਮ ਨਹੀਂ ਬਣਾਇਆ। ਕਮੇਟੀ ਨੇ ਇਹ ਵੀ ਦੇਖਿਆ ਕਿ ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ, ਮਤਲਬ ਜਦੋਂ ਸ਼ਰਾਬ ਬਣ ਗਈ ਤਿਆਰ ਹੋ ਗਈ ਬੋਤਲਾਂ ਚ ਪੈਣੀ ਹੈ ਜੀ, ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ ਵੀ ਟ੍ਰੀਟਮੈਂਟ ਪਲਾਟਾਂ ਵਿੱਚ ਨਹੀਂ ਲਿਜਾਇਆ ਜਾ ਰਿਹਾ ਸੀ ਅਤੇ ਜ਼ਮੀਨ ਵਿੱਚ ਹੀ ਛੱਡਿਆ ਜਾ ਰਿਹਾ ਸੀ। ਕਮੇਟੀ ਨੇ ਗੰਭੀਰ ਨੋਟਿਸ ਲਿਆ ਤੇ ਅੱਜ ਵੀ ਮਸਲਾ ਇਹੀ ਖੜਾ ਹੈ, ਹਾਂਜੀ, ਜੋ ਪਾਣੀ ਧਰਤੀ ਹੇਠ ਗਰਕਦੇ ਨੇ, ਧਰਤੀ ਹੇਠ ਸਿੱਟ ਰਹੇ ਨੇ। ਤੇ ਪ੍ਰਵੀਨ ਜੀ ਕਦੋਂ ਹੈ ਇਹ ਰਿਪੋਰਟ? 2010 ਦੇ ਵਿੱਚ ਦੱਸਦੀ ਹੈ ਤੇ 2010 ਤੋਂ 22 ਤੱਕ ਆਉਂਦਿਆਂ 12-13 ਸਾਲਾਂ ਤੋਂ ਇਹ ਬਰਕਰਾਰ ਹੈ, ਉਸੇ ਤਰ੍ਹਾਂ ਪਾਣੀ ਧਰਤੀ ਜਾ ਰਿਹਾ ਤਾਂ ਜ਼ਹਿਰ ਨਹੀਂ ਨਿਕਲੂਗਾ ਲੋਕਾਂ ਦੇ ਪਾਣੀ ਚੋਂ, ਹੋਰ ਕੀ ਨਿਕਲੂਗਾ ਲੋਕਾਂ ਦੇ, ਜੇ ਮੋਟਰਾਂ ਚੋਂ, ਟੂਟੀਆਂ ਚੋਂ, ਪੀਣ ਵਾਲੇ ਪਾਣੀ ਚੋਂ। ਕੱਲ ਲਾਈਵ ਦਿਖਾਇਆ ਬੰਦਿਆਂ ਨੇ ਕਿ ਮੋਟਰ ਤੋਂ ਬਾਲਟੀ ਭਰੀ, ਪਸ਼ੂਆਂ ਮੂਹਰੇ ਰੱਖੀ, ਪਸ਼ੂਆਂ ਨੇ ਮੂੰਹ ਫੇਰ ਲਿਆ ਜੀ, ਜਾਨਵਰ ਨੇ ਉਹ ਪਾਣੀ ਨਹੀਂ ਪੀਤਾ, ਉਹਨੂੰ ਸਮਝ ਆ ਕਿ ਜ਼ਹਿਰ ਹੈ। ਬਿਲਕੁਲ, ਇੱਥੇ ਅਧਿਕਾਰੀ ਅਫਸਰ ਕਹਿੰਦੇ ਨੇ ਜੀ ਪਾਣੀ ਠੀਕ ਹੈ। ਤੇ ਇਹ ਕਮੇਟੀ ਨੇ ਦੇਖਿਆ ਕਿ ਬੋਟਲਿੰਗ ਉਪਰੰਤ ਨਿਕਲਦਾ ਗੰਦਾ ਪਾਣੀ ਵੀ ਟ੍ਰੀਟਮੈਂਟ ਪਲਾਟਾਂ ਵਿੱਚ ਨਹੀਂ ਲਿਜਾ ਰਿਹਾ ਸੀ ਅਤੇ ਇਹ ਜ਼ਮੀਨ ਵਿੱਚ ਹੀ ਛੱਡਿਆ ਜਾ ਰਿਹਾ ਸੀ, ਇਸ ਦਾ ਕਮੇਟੀ ਨੇ ਗੰਭੀਰ ਨੋਟਿਸ ਲਿਆ ਜੀ ਜੀ। ਕਮੇਟੀ ਨੇ ਡਿਸਲਰੀ ਦਾ ਅਧਿਐਨ ਕਰਨ ਤੋਂ ਬਾਅਦ ਇਲਾਕੇ ਦੇ ਵਾਸੀਆਂ ਨਾਲ ਵੀ ਗੱਲਬਾਤ ਕੀਤੀ, 2010 ਚ ਲੋਕ ਉਹਨਾਂ ਲੋਕਾਂ ਨਾਲ ਗੱਲ ਕੀਤੀ, ਔਰ ਇਹ ਉਹ ਲੋਕ ਨੇ ਪ੍ਰਵੀਨ ਜੀ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਤੇ ਭਰੋਸਾ ਨਹੀਂ, ਪਰ ਉਹ ਵੀ ਕੁਛ ਸੱਚ ਬੋਲਣ ਲਈ, ਕੁਛ ਲਿਖਣ ਲਈ ਮਜਬੂਰ ਹੋਏ ਹਨ, ਤਾਂ ਸਥਿਤੀ ਇਹ ਤੋਂ ਵੀ ਕਿੰਨੀ ਭਿਆਨਕ ਹੋਏਗੀ। ਜੀ ਜੀ, ਕਮੇਟੀ ਨੇ ਡਿਸਲਰੀ ਦਾ ਅਧਿਐਨ ਕਰਨ ਤੋਂ ਬਾਅਦ ਇਲਾਕੇ ਦੇ ਵਾਸੀਆਂ ਨਾਲ ਵੀ ਗੱਲਬਾਤ ਕੀਤੀ, ਇਲਾਕੇ ਦੇ ਵਾਸੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਡਿਸਲਟਲੀ ਇਹ ਸ਼ਰਾਬ ਦੀ ਫੈਕਟਰੀ ਲੱਗਣ ਦੇ ਨਾਲ ਮੱਖੀਆਂ ਦੀ ਤਾਦਾਦ ਵੱਧ ਗਈ ਹੈ। ਠੀਕ ਹੈ, ਜਦੋਂ ਕਦੀ ਡਿਸਲਰੀ ਵੱਲੋਂ ਹਵਾ ਆਉਂਦੀ ਹੈ ਤਾਂ ਬਦਬੂ ਮਹਿਸੂਸ ਹੁੰਦੀ ਹੈ ਜੀ, ਡਿਸਲਰੀ ਲੱਗਣ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਨੌਕਰੀ ਮਿਲਣ ਦੇ ਨਾਲ ਥੋੜੀ ਰਾਹਤ ਮਹਿਸੂਸ ਹੋਈ। ਆਪਾਂ ਇਹਦਾ ਪਹਿਲੂ ਤੋਂ ਕਿੰਨੀ ਵਾਰ ਜ਼ਿਕਰ ਕੀਤਾ, ਇਹ ਉੱਥੇ ਦੇ ਲੋਕਾਂ ਨੇ 2010 ਚ ਕਮੇਟੀ ਨੂੰ ਕਿਹਾ
ਕਿ ਨੌਕਰੀ ਮਿਲਣ ਦੇ ਨਾਲ ਥੋੜੀ ਰਾਹਤ ਤਾਂ ਮਹਿਸੂਸ ਹੋਈ ਪਰ ਇਲਾਕੇ ਵਿੱਚ ਪ੍ਰਦੂਸ਼ਣ ਵੱਧ ਗਿਆ ਹੈ। ਇਸ ਤੋਂ ਇਲਾਵਾ ਕਮੇਟੀ ਦੇ ਪੁੱਛਣ ਤੇ ਉੱਥੋਂ ਦੇ ਵਾਸੀਆਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਸੰਬੰਧੀ ਡਿਸਟਰੀ ਦੇ ਮਾਲਕਾਂ ਨਾਲ ਗੱਲਬਾਤ ਅਜੇ ਨਹੀਂ ਕੀਤੀ। ਉਸ ਸਮੇਂ ਮਤਲਬ ਲੋਕ ਉੱਥੇ ਤੱਕ ਪਹੁੰਚ ਹੀ ਨਹੀਂ ਕਰ ਰਹੇ ਸੀ। ਜੀ ਜੀ ਕਮੇਟੀ ਨੇ ਪੰਜਾਬ ਰਾਜ ਵਿੱਚ ਜਿੰਨੀਆਂ ਵੀ ਡਿਸਟਿਲਰੀਆਂ ਹਨ, ਜਿੰਨੀਆਂ ਵੀ ਸ਼ਰਾਬ ਦੀਆਂ ਫੈਕਟਰੀਆਂ ਹਨ, ਉਹਨਾਂ ਦਾ ਜਾ ਕੇ ਮੌਕੇ ਤੇ ਅਧਿਐਨ ਕੀਤਾ ਅਤੇ ਉਹਨਾਂ ਡਿਸਟਿਲਰੀਆਂ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕਮੇਟੀ ਨੇ ਖੁਦ ਇਹ ਮਹਿਸੂਸ ਕੀਤਾ ਕਿ ਜਿੰਨੇ ਵੀ ਪਿੰਡ ਡਿਸਟਿਲਰੀਆਂ ਦੇ ਨਜ਼ਦੀਕ ਪੈਂਦੇ ਹਨ, ਸ਼ਰਾਬ ਫੈਕਟਰੀਆਂ ਦੇ ਨੇੜੇ ਪੈਂਦੇ ਹਨ, ਉਹਨਾਂ ਲੋਕਾਂ ਦੀ ਸਿਹਤ, ਪਸ਼ੂਆਂ ਅਤੇ ਫਸਲਾਂ ਉੱਤੇ ਸ਼ਰਾਬ ਫੈਕਟਰੀਆਂ ਵਿੱਚੋਂ ਨਿਕਲਦੇ ਪ੍ਰਦੂਸ਼ਣ ਦਾ ਬਹੁਤ ਮਾੜਾ ਅਸਰ ਪੈ ਰਿਹਾ ਹੈ। ਜੀ ਲੋਕਾਂ ਨੇ ਇੱਥੋਂ ਤੱਕ ਵੀ ਦੱਸਿਆ ਕਿ ਡਿਸਟਿਲਰੀ ਵਾਲੇ ਆਪਣੀ ਮਨ ਮਰਜ਼ੀ ਕਰਦੇ ਹਨ ਅਤੇ ਡਿਸਟਿਲਰੀ ਦਾ ਗੰਦਾ ਪਾਣੀ ਜਾਂ ਹੋਰ ਕੈਮੀਕਲ ਵਗੈਰਾ ਉਹਨਾਂ ਦੇ ਖੇਤਾਂ 'ਚ ਰਾਤਾਂ ਨੂੰ ਆ ਕੇ ਸਿੱਟ ਜਾਂਦੇ ਹਨ। ਓ ਅੱਛਾ, ਇਹ 2010 ਦਾ ਮਾਮਲਾ, ਅੱਜ 2023 ਚੜਨ ਜਾ ਰਿਹਾ। ਜੀ ਬਿਲਕੁਲ। ਤੇ ਪ੍ਰਵੀਨ ਜੀ, ਇੰਨੇ ਸਾਲਾਂ 'ਚ ਤੁਸੀਂ ਧਰਤੀ 'ਚ ਜ਼ਹਿਰ ਘੋਲ ਰਹੇ ਹੋ, ਔਰ ਇਹ ਕੱਲੀ ਜੀਰਾ ਫੈਕਟਰੀ ਨਹੀਂ, ਪੰਜਾਬ ਦੀਆਂ ਸਾਰੀਆਂ ਸ਼ਰਾਬ ਫੈਕਟਰੀਆਂ ਦਾ ਇਹ ਹਾਲ ਹੈ। ਜੀ ਇਹ ਤੋਂ ਬਾਅਦ ਆ ਜਾਓ ਜੀ। ਜੀ ਕਮੇਟੀ ਦੁਆਰਾ ਪ੍ਰੇਖਣ, ਜੀ ਇਹਦਾ ਇੱਕ ਪੁਆਇੰਟ ਇਹ ਪੜ੍ਹਦਾ ਮੈਂ। ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਡਿਸਟਿਲਰੀਆਂ ਦੁਆਰਾ ਪੈਦਾ ਕੀਤਾ ਗਿਆ ਪ੍ਰਦੂਸ਼ਣ ਜਨ ਜੀਵਨ ਲਈ ਬਹੁਤ ਵੱਡੀ ਚੁਣੌਤੀ ਹੈ, ਠੀਕ ਹੈ, ਜਿਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਜੀ ਜੀ ਇਸ ਤਰ੍ਹਾਂ ਦੇ ਵਾਤਾਵਰਨ ਨੂੰ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਹੀ ਬਚਾਇਆ ਜਾ ਸਕਦਾ ਹੈ। ਉਹ ਕਹਿੰਦੇ ਕਿ ਕਾਨੂੰਨ ਨੂੰ ਸਖਤ ਬਣਾਉਣ ਦੀ ਲੋੜ ਹੈ, ਕਮੇਟੀ ਵੀ ਮੰਨਦੀ ਹੈ, ਜਿਹੜੇ ਕਾਨੂੰਨ ਘਾੜੇ ਨੇ ਉਹ ਮੰਨਦੇ ਨੇ। 13 ਸਾਲ ਪਹਿਲਾਂ ਇਸ ਗੱਲ ਦੀ ਲੋੜ ਸੀ। ਹਾਂ 13 ਸਾਲ ਮਤਲਬ ਉਹ ਤੋਂ ਵੀ ਪਹਿਲਾਂ ਹਾਲਤ ਬਣ ਗਏ ਹੋਣੇ, ਤਾਂ ਇੱਕ ਕਮੇਟੀ ਆਈ ਨਾ। ਹਾਂ ਕਮੇਟੀ ਆਈ, ਬਿਲਕੁਲ ਸਹੀ ਹੈ। ਜੀ ਜੀ ਤੇ 13 ਸਾਲਾਂ ਤੋਂ ਸਾਡਾ ਸਦਨ, ਸਾਡੇ MLA, ਸਾਡੀਆਂ ਸਰਕਾਰਾਂ, ਸਾਡਾ ਸਿਸਟਮ ਸੁੱਤਾ ਰਿਹਾ ਤੇ ਜਦੋਂ ਹੁਣ ਲੋਕ ਜਾਗੇ ਤਾਂ ਸਰਕਾਰ ਡੰਡੇ ਨਾਲ ਉਹਨਾਂ ਨੂੰ ਸਮਾਉਣਾ ਚਾਹੁੰਦੀ ਆ ਕਿ ਨਾ ਤੁਸੀਂ ਬੋਲੋ ਨਾ। ਅਸੀਂ ਬਾਦਲਾਂ ਵਾਂਗ, ਅਸੀਂ ਕੈਪਟਨਾਂ ਵਾਂਗ, ਅਸੀਂ ਪੁਰਾਣੇ MLA ਵਾਂਗ, ਪੁਰਾਣੀਆਂ ਸਰਕਾਰਾਂ ਵਾਂਗ ਵਿਕ ਗਏ ਆ ਨਾ ਸ਼ਰਾਬ ਦੀਆਂ ਫੈਕਟਰੀਆਂ ਕੋਲ। ਹਾਂ ਮਨੋ ਰੋੜੇ ਵਰਗੇ ਇਹ ਸੁਨੇਹਾ ਦੇ ਰਹੀ ਆ ਆਮ ਆਦਮੀ ਪਾਰਟੀ ਸਰਕਾਰ। ਜੀ ਜੀ ਲਓ ਕਮੇਟੀ ਦਾ ਪ੍ਰੇਖਣ। ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਡਿਸਲਰੀਆਂ ਦੁਆਰਾ ਪੈਦਾ ਕੀਤਾ ਗਿਆ ਪ੍ਰਦੂਸ਼ਣ ਜਨ ਜੀਵਨ ਵਿੱਚ ਬਹੁਤ ਵੱਡੀ ਚੁਣੌਤੀ ਹੈ, ਜੀ ਇਹ ਜਿਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਵਾਤਾਵਰਨ ਨੂੰ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਹੀ ਬਚਾਇਆ ਜਾ ਸਕਦਾ ਹੈ, ਕਿਉਂਕਿ ਅਜਿਹੀਆਂ ਅਣਗਹਿਲੀਆਂ ਨੇ ਵਾਤਾਵਰਨ ਢਾਂਚੇ ਨੂੰ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਪਤਾ ਨਹੀਂ ਕਿੰਨੇ ਔਖੇ ਹੋ ਕੇ ਲਿਖਿਆ ਹੋਊਗਾ ਕਮੇਟੀ ਨੇ ਆਹ ਵੀ ਗੱਲਾਂ। ਜੀ 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 ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਾਨੂੰਨ ਤਾਂ ਸਾਰੇ ਦੇਸ਼ਾਂ ਵਿੱਚ ਬਣੇ ਹੋਏ ਹਨ, ਪਰ ਸਾਡੇ ਇੱਥੇ ਕਾਨੂੰਨ ਨੂੰ ਠੀਕ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ। ਜੀ ਕਮੇਟੀ ਦੇ ਵੇਖਣ ਵਿੱਚ ਆਇਆ ਹੈ ਕਿ ਜ਼ਿਆਦਾਤਰ ਉਦਯੋਗਪਤੀ ਆਪਣੀਆਂ ਮਨ ਮਰਜ਼ੀਆਂ ਕਰਦੇ ਹਨ ਅਤੇ ਕਾਨੂੰਨ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ। ਜਿਹੜੀਆਂ ਏਜੰਸੀਆਂ ਨੇ ਕਾਨੂੰਨ ਨੂੰ ਲਾਗੂ ਕਰਵਾਉਣਾ ਹੁੰਦਾ ਹੈ ਉਹ ਵੀ ਇਹਨਾਂ ਉਦਯੋਗਪਤੀਆਂ ਦੇ ਹੱਥਾਂ ਵਿੱਚ ਕਠਪੁਤਲੀਆਂ ਬਣੇ ਹੋਏ ਹਨ। ਹਾਂਜੀ ਇਹ ਕਮੇਟੀ ਕਹਿ ਰਹੀ ਹੈ ਕਿ ਪੰਜਾਬ ਦੇ ਵਿਧਾਨ ਸਭਾ ਵੱਲੋਂ 11 ਮੈਂਬਰੀ ਨਾਮਜ਼ਦ ਕੀਤੀ ਗਈ MLAਆਂ ਦੀ ਕਮੇਟੀ ਕਹਿ ਰਹੀ ਹੈ ਕਿ ਜਿਹੜੀਆਂ ਏਜੰਸੀਆਂ, ਕਿਹੜੀਆਂ ਏਜੰਸੀਆਂ, ਪੋਲਿਊਸ਼ਨ ਕੰਟਰੋਲ ਬੋਰਡ, ਹੋਰ ਕਿਹੜੀਆਂ ਏਜੰਸੀਆਂ ਨੇ, ਉਹਨਾਂ ਨੇ ਗੌਰ ਕਰਨਾ, ਸਿਹਤ ਵਿਭਾਗ, ਉਹਨਾਂ ਨੇ ਗੌਰ ਕਰਨਾ। ਹਾਂਜੀ ਸੋ ਇਹ ਉਹਨਾਂ ਦਾ ਨਤੀਜਾ ਹੈ ਕਿ ਆ ਆ ਉਹਨਾਂ ਦੇ। ਲਓ ਜੀ ਅੱਗੇ ਆ ਜਾਓ, ਕਮੇਟੀ ਦੀਆਂ ਸਿਫਾਰਸ਼ਾਂ, ਠੀਕ ਹੈ, ਮੈਂ ਆਖਰੀ ਗੱਲ ਕਹਿ ਕੇ ਆਪਣੀ ਆਪਾਂ ਨਿਬੇੜਦੇ ਹਾਂ। ਇਸ ਕਮੇਟੀ ਨੇ ਪੰਨਾ ਨੰਬਰ 33 ਦੇ ਉੱਤੇ ਜਿਹੜੀ ਆ ਰਿਪੋਰਟ ਆਪਾਂ ਪੜ੍ਹੀ ਆ ਸਾਰੀ ਪੰਜਾਬ ਵਿਧਾਨ ਸਭਾ ਵਾਲੀ, ਇਹਦੇ 33 ਨੰਬਰ ਪੰਨੇ ਤੇ ਕਮੇਟੀ ਦੀਆਂ ਸਿਫਾਰਸ਼ਾਂ ਨੇ ਜੀ। ਠੀਕ ਹੈ, ਨੰਬਰ 1, ਪੰਜਾਬ ਵਿੱਚ ਸਥਿਤ ਡਿਸਲਰੀਆਂ ਵਿੱਚ ਸੁਧਾਰ ਲਿਆਂਦਾ ਜਾਵੇ। ਜੀ ਰਾਜ ਵਿੱਚ ਸਥਿਤ ਡਿਸਲਰੀਆਂ ਜਿਹੜੀਆਂ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਜਿੰਨੀਆਂ ਵੀ ਖਾਮੀਆਂ ਇਸ ਰਿਪੋਰਟ ਵਿੱਚ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਵਿਭਾਗ 6 ਮਹੀਨਿਆਂ ਦੇ ਅੰਦਰ ਅੰਦਰ ਦੂਰ ਕਰਕੇ ਕਮੇਟੀ ਨੂੰ ਸੂਚਿਤ ਕਰੇ। 4 ਮਹੀਨਿਆਂ ਚ ਪੰਜਾਬ, 4 ਹਫ਼ਤਿਆਂ ਚ ਪੰਜਾਬ ਚੋਂ ਨਸ਼ਾ ਮੁਕਾ ਦੇਵਾਂਗੇ। ਕੈਪਟਨ ਸਾਹਿਬ ਦੇ ਪੌਣੇ 5 ਸਾਲਾਂ ਚ 4 ਹਫ਼ਤੇ ਨਹੀਂ ਆਏ ਸੀ। ਜੀ ਨਹੀਂ ਆਏ, ਬਿਲਕੁਲ ਸਹੀ ਹੈ। ਕਮੇਟੀ ਕਹਿੰਦੀ 6 ਮਹੀਨਿਆਂ ਚ ਸਾਰੀਆਂ ਖਾਮੀਆਂ ਦੂਰ ਕਰਕੇ ਕਮੇਟੀ ਨੂੰ ਸੂਚਿਤ ਕਰੋ। ਜੀ 13 ਸਾਲਾਂ ਦੇ ਵਿੱਚ 6 ਮਹੀਨੇ ਨਹੀਂ ਆਏ, ਨਹੀਂ ਆਏ, ਬਿਲਕੁਲ ਸਹੀ ਹੈ। ਦੂਜੀ ਸਿਫਾਰਸ਼, ਕਮੇਟੀ ਇਹ ਵੀ ਸਿਫਾਰਸ਼ ਕਰਦੀ ਹੈ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਵੀ ਅਧਿਕਾਰੀ ਕਰਮਚਾਰੀਆਂ ਨੇ ਰਿਪੋਰਟ ਦੇ ਮੁਤਾਬਕ ਜਿਹੜੀ ਵੀ ਕੁਤਾਹੀ ਕੀਤੀ ਹੈ ਉਸਦੇ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਅਤੇ ਕੀਤੀ ਗਈ ਕਾਰਵਾਈ ਬਾਰੇ ਕਮੇਟੀ ਨੂੰ 1 ਮਹੀਨੇ ਦੇ ਅੰਦਰ ਜਾਣੂ ਕਰਵਾਇਆ ਜਾਵੇ। ਤੇ ਪੋਲਿਊਸ਼ਨ ਕੰਟਰੋਲ ਬੋਰਡ ਪੋਲਿਊਸ਼ਨ ਫੈਲਾਉਣ ਚ ਵੀ ਉਵੇਂ ਹੀ ਮਾਹਰ ਹੈ, ਉਹਨਾਂ ਦੀ ਛਤਰ ਛਾਇਆ ਹੇਠ
ਫੈਕਟਰੀਆਂ ਦਾ ਧੰਦਾ ਵੀ ਉਵੇਂ ਹੀ ਬਰਕਰਾਰ ਹੈ ਤੇ ਧਰਤੀ ਹੇਠ ਜ਼ਹਿਰ ਤੇ ਹਵਾ ਚ ਕੈਮੀਕਲ ਵਾਲੇ ਜ਼ਹਿਰੀ ਗੈਸਾਂ ਛੱਡਣ ਦਾ ਕਾਰਗੁਜ਼ਾਰੀ ਵੀ ਜ਼ਾਹਿਰ ਹੈ। ਕਮੇਟੀ ਇਹ ਵੀ ਸਿਫਾਰਿਸ਼ ਕਰਦੀ ਹੈ ਕਿ ਪ੍ਰਦੂਸ਼ਣ ਕੋਰ ਬੋਰਡ ਦੇ ਮੈਂਬਰ ਸਕੱਤਰ ਬਾਬੂ ਰਾਮ ਦੇ ਵਿਰੁੱਧ ਵੀ ਵਿਭਾਗੀ ਅਨੁਸ਼ਾਸਨੀ ਕਾਰਵਾਈ ਕਰਕੇ ਇੱਕ ਮਹੀਨੇ ਦੇ ਅੰਦਰ ਅੰਦਰ ਕਮੇਟੀ ਨੂੰ ਸੂਚਿਤ ਕੀਤਾ ਜਾਵੇ। ਸੋ ਕਿੱਥੇ ਗਈ ਰਿਪੋਰਟ ਤੇ ਕਿੱਥੇ ਗਈਆਂ ਸੂਚਨਾਵਾਂ ਤੇ ਆਹ ਸਾਰੇ ਤੱਥ 2010 ਚ ਦੱਸਦੇ ਨੇ ਕਿ ਜੀਰਾ ਸ਼ਰਾਬ ਫੈਕਟਰੀ ਜਾਂ ਪੰਜਾਬ ਦੀਆਂ ਹੋਰ ਸ਼ਰਾਬ ਫੈਕਟਰੀਆਂ ਪੰਜਾਬ ਦੇ ਧਰਤੀ ਹੇਠ ਪੰਜਾਬ ਦੀ ਆਬੋ ਹਵਾ ਚ ਜ਼ਹਿਰ ਘੋਲ ਰਹੀਆਂ ਨੇ। ਉਹ ਕੋਈ ਸਿਸਟਮ ਨਾਲ ਨਹੀਂ ਚੱਲਦੀਆਂ, ਕੋਈ ਕਾਨੂੰਨ ਦਾ ਪਾਲਣ ਨਹੀਂ ਕਰਦੀਆਂ, ਕੋਈ ਨਿਯਮ ਦਾ ਪਾਲਣ ਨਹੀਂ ਕਰਦੀਆਂ। ਪਰ ਅਫਸੋਸ, ਉੱਥੇ ਲੋਕਾਂ ਨੂੰ ਡੰਡੇ ਨਾਲ ਚੁੱਪ ਕਰਾਇਆ ਜਾ ਰਿਹਾ। ਸਰਕਾਰ ਆਹੀ ਰਿਪੋਰਟ ਪੜ ਲਵੇ, ਨਵੇਂ ਸੈਂਪਲ ਭਰਨ ਦੇ ਡਰਾਮੇ ਨਾ ਕਰੇ, ਨਾ ਕਰੇ। ਬਿਲਕੁਲ ਸਹੀ ਹੈ। ਤੇ ਦੂਜੀ ਗੱਲ ਇਹ ਹੈ ਕਿ 13 ਸਾਲਾਂ ਬਾਅਦ ਵੀ ਲੋਕ ਜਿਹੜੇ ਅੱਕੇ ਆ ਉਹਨਾਂ ਨੂੰ, ਬੇਸ਼ੱਕ ਪਿਛਲੀਆਂ ਸਰਕਾਰਾਂ ਇਹਦੇ ਲਈ ਦੋਸ਼ੀ ਨੇ, ਆਪਾਂ ਮੰਨਦੇ ਹਾਂ ਇਹ ਗੱਲ, ਬਾਦਲਾਂ ਨੇ ਕੈਪਟਨ ਨੇ ਕੱਖ ਨਹੀਂ ਕੀਤਾ ਇਸ ਮਸਲੇ ਦੇ ਵਿੱਚ, ਪਰ ਘੱਟੋ ਘੱਟ ਹੋਣ ਵਾਲੀ ਸਰਕਾਰ ਤਾਂ ਬਦਲਾਅ ਦੇ ਨਾਲ ਆਈ ਹੈ ਨਾ।